ਮਾਸਟਰ ਕੈਡਰ ਯੂਨੀਅਨ ਚੈਨਲ ਦੇਖ ਰਹੇ ਸਾਰੇ ਹੀ ਦੋਸਤਾਂ ਦਾ ਚੈਨਲ ਤੇ ਸਵਾਗਤ ਹੈ। ਮਾਸਟਰ ਕੈਡਰ 41 ਕਟ ਭਰਤੀ ਨਾਲ ਸੰਬੰਧਿਤ ਇੱਕ ਅਹਿਮ ਅਪਡੇਟ ਲੈ ਕੇ ਤੁਹਾਡੇ ਲਈ ਵੀਡੀਓਜ਼ ਹਾਜ਼ਰ ਹੋਏ ਆ। ਮਾਸਟਰ ਕੈਡਰ 41 ਕਟ ਭਰਤੀ ਵਿੱਚ ਰਿਜ਼ਲਟ ਰਿਵਾਈਜ਼ ਹੋਣ ਤੋਂ ਬਾਅਦ ਜਿਹੜੇ ਸਾਥੀ ਬਾਹਰ ਹੋ ਗਏ ਸੀ ਭਰਤੀ ਦੇ ਵਿੱਚੋਂ ਉਹਨਾਂ ਵੱਲੋਂ ਅਤੇ ਭਰਤੀ ਦੇ ਵਿੱਚ ਪੋਸਟਾਂ ਦੇ ਵਾਅਦੇ ਨੂੰ ਲੈ ਕੇ ਇੱਕ ਐਕਸ਼ਨ ਇੱਕ ਧਰਨਾ ਜੋ ਕਿ ਅੱਜ ਸੰਗਰੂਰ ਵਿਖੇ ਰੱਖਿਆ ਗਿਆ ਸੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਘਰਾਉ ਕਰਨਾ ਸੀ ਤਾਂ ਉਹਦੇ ਸਬੰਧ ਦੇ ਵਿੱਚ ਇੱਕ ਵੱਡੀ ਅਪਡੇਟ ਆ ਰਹੀ ਹੈ ਉੱਥੋਂ ਦੇ ਪ੍ਰਸ਼ਾਸਨ ਵੱਲੋਂ ਡੀਸੀ ਸੰਗਰੂਰ ਵੱਲੋਂ ਇੱਕ ਅਫੀਸ਼ੀਅਲ ਲੈਟਰ ਹੈ ਜਿਹੜਾ ਉਹ ਜਾਰੀ ਕੀਤਾ ਗਿਆ ਤੇ ਇਹਦੀ ਸਾਰੀ ਡਿਟੇਲ ਅੱਜ ਦਾ ਧਰਨਾ ਕੀ ਅਪਡੇਟ ਰਹੀ ਤੇ ਕਿਹੜਾ ਲੈਟਰ ਹੈ ਜਿਹੜਾ ਡੀਸੀ ਸੰਗਰੂਰ ਵੱਲੋਂ ਜਾਰੀ ਕੀਤਾ ਗਿਆ ਉਹਦੀ ਡਿਟੇਲ ਚ ਆਪਾਂ ਵੀਡੀਓ ਤੁਹਾਡੇ ਨਾਲ ਗੱਲਬਾਤ ਕਰਾਂਗੇ ਤੁਸੀਂ ਵੀਡੀਓ ਨੂੰ ਧਿਆਨ ਨਾਲ ਸੁਣਨਾ ਤੇ ਜੇਕਰ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰਕੇ ਬੈਲ ਆਈਕਨ ਆ ਬਟਨ ਪ੍ਰੈਸ ਕਰ ਦਿਓ ਇੱਕ ਟੈਲੀਗ੍ਰਾਮ ਗਰੁੱਪ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਜਦੋਂ ਤੁਸੀਂ ਵੀਡੀਓ ਦਾ ਡਿਸਕ੍ਰਿਪਸ਼ਨ ਬਾਕਸ ਖੋਲੋਗੇ ਤਾਂ ਉਹਦੇ ਵਿੱਚ ਤੁਹਾਨੂੰ ਟੈਲੀਗ੍ਰਾਮ ਗਰੁੱਪ ਦਾ ਲਿੰਕ ਮਿਲੇਗਾ ਤੁਸੀਂ ਉਸ ਲਿੰਕ ਨੂੰ ਜੁਆਇਨ ਕਰ ਲਓ ਤਾਂ ਕਿ ਮਾਸਟਰ ਕੈਟਰ ਦੀ ਅਪਡੇਟਸ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਗੱਲਬਾਤ ਕਰਦੇ ਹਾਂ ਅੱਜ ਦੇ ਸੰਗਰੂਰ ਐਕਸ਼ਨ ਬਾਰੇ ਜਿਵੇਂ ਕਿ ਤੁਹਾਨੂੰ ਪਤਾ ਕਿ ਮਾਸਟਰ ਕੈਟਰ 41 ਕਾਰਟ ਪ੍ਰਤੀ ਵਿੱਚੋਂ ਲਗਭਗ 252 ਸਾਥੀ ਜਿਹੜੇ ਵੱਖ-ਵੱਖ ਸਬਜੈਕਟਾਂ ਦੇ ਜਿਹੜੇ ਬਾਹਰ ਹੋ ਗਏ ਸੀ ਤਾਂ ਉਹਨਾਂ ਵੱਲੋਂ ਅਤੇ ਪੋਸਟਾਂ ਦੇ ਵਾਅਦੇ ਨੂੰ ਲੈ ਕੇ ਇੱਕ ਵੱਡਾ ਪ੍ਰੋਟੈਸਟ ਜੋ ਕਿ ਸੰਗਰੂਰ ਵਿਖੇ ਮੁੱਖ ਮੰਤਰੀ ਦੀ ਕੋਠੀ ਦਾ ਘਰਾਉ ਲਈ ਰੱਖਿਆ ਗਿਆ ਸੀ ਜਿਵੇਂ ਤੁਸੀਂ ਸਕਰੀਨ ਤੇ ਵੀ ਦੇਖ ਰਹੇ ਹੋ ਤੇ ਕਾਫੀ ਜਿਆਦੇ ਸਾਥੀ ਜਿਹੜੇ ਉਹਦੇ ਵਿੱਚ ਮੌਜੂਦ ਸੀ ਤਾਂ ਉੱਥੇ ਜਿਹੜਾ ਅੱਜ ਦੇ ਐਕਸ਼ਨ ਦੇ ਨੂੰ ਦੇਖਦੇ ਹੋਏ ਤਾਂ ਜਿਹੜਾ ਸੰਗਰੂਰ ਦਾ ਪ੍ਰਸ਼ਾਸਨ ਹੈ ਉਹਨਾਂ ਵੱਲੋਂ ਇੱਕ ਜਿਹੜੀ ਮੀਟਿੰਗ ਹੈ ਉਹ ਇਸ ਜਿਹੜੇ ਅੱਜ ਦੇ ਐਕਸ਼ਨ ਦੇ ਸਬੰਧ ਵਿੱਚ ਇੱਕ ਮੀਟਿੰਗ ਹੈ ਜਿਹੜੀ ਉਹ ਇਹਨਾਂ ਸਾਥੀਆਂ ਨੂੰ ਜਿਹੜੀ ਦੇ ਦਿੱਤੀ ਗਈ ਆ ਇਹ ਮੀਟਿੰਗਾਂ ਜਿਹੜੀ ਅ ਐਜੂਕੇਸ਼ਨ ਮਨਿਸਟਰ ਹਰਜੋਤ ਸਿੰਘ ਬੈਂਜ ਜੀ ਨਾਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਜ ਜੀ ਨਾਲ ਇਹ ਮੀਟਿੰਗ ਹੈ ਜਿਹੜੀ ਉਹ ਮਿਲੀ ਹੈ ਤੁਹਾਨੂੰ ਜਿਵੇਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਕਿ ਉਥੋਂ ਦੇ ਪ੍ਰਸ਼ਾਸਨ ਵੱਲੋਂ ਡੀਸੀ ਦਫ਼ਤਰ ਸੰਗਰੂਰ ਵੱਲੋਂ ਇੱਕ ਮੀਟਿੰਗ ਹੈ ਜਿਹੜੀ ਉਹਦਾ ਅਫੀਸ਼ੀਅਲ ਲੈਟਰ ਦਿੱਤਾ ਗਿਆ ਤਾਂ ਮੀਟਿੰਗ ਕਦੋਂ ਅਤੇ ਕਿੱਥੇ ਹੋਣੀ ਹੈ ਹੁਣ ਤੁਹਾਨੂੰ ਅਸੀਂ ਉਹਦੇ ਬਾਰੇ ਡਿਟੇਲ ਚ ਗੱਲਬਾਤ ਦੱਸ ਦਿੰਦੇ ਹਾਂ ਸਾਰੀ ਜਿਹੜੀ ਮੀਟਿੰਗ ਹੈ 41 ਕਾਟ ਦੀ ਉਹ ਮੀਟਿੰਗ ਹੈ ਜਿਹੜੀ ਉਹ ਉਦੇ ਸਬੰਧੀ ਜਿਹੜਾ ਲੈਟਰ ਜਾਰੀ ਕੀਤਾ ਗਿਆ ਜਿਹਦੇ ਵਿੱਚ ਕਿ ਰਮਨਦੀਪ ਸਿੰਘ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਸੂਬਾ ਮੀਤ ਪ੍ਰਧਾਨ ਗਗਨਦੀਪ ਸੰਧਵਾ ਜਰਨਲ ਸਕੱਤਰ 4161 ਮਾਸਟਰ ਕੇਡਰ ਨਿਯੁਕਤੀ ਪੱਤਰ ਪ੍ਰਾਪਤ ਬੇਰੁਜ਼ਗਾਰ ਅਧਿਆਪਕ ਯੂਨੀਅਨ ਪੰਜਾਬ ਤਾਂ ਉਪਰੋਕਤ ਵਿਸ਼ੇ ਸਬੰਧ ਆਪ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਆਪ ਜੀ ਦੀ ਮੰਗਾ ਸਬੰਧੀ ਮੀਟਿੰਗ ਮਿਤੀ 6 6 2023 ਨੂੰ ਸਵੇਰੇ 11:00 ਵਜੇ ਯਾਨੀ ਕਿ 6 ਜੂਨ ਨੂੰ ਸਵੇਰੇ 11 ਵਜੇ ਜਿਹੜੀ ਮੀਟਿੰਗ ਹੈ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਜੀ ਨਾਲ ਸਿਵਲ ਸਖਤਰਤ ਚੰਡੀਗੜ੍ਹ ਵਿਖੇ ਹੋਣੀ ਨਿਸ਼ਚਿਤ ਹੋਈ ਹੈ ਤਾਂ ਨਿਸ਼ਚਿਤ ਮਿਤੀ ਸਮੇਂ ਤੇ ਹਾਜ਼ਰ ਹੋਣਾ ਯਕੀਨੀ ਬਣਾਇਆ ਜਾਵੇ ਤਾਂ ਇਹ ਸਾਰੀ ਡਿਟੇਲ ਹੈਗੀ ਹੈ ਜਿਹੜੀ ਮੀਟਿੰਗ ਦੀ ਹੈ ਅੱਜ ਦਾ ਐਕਸ਼ਨ ਬਹੁਤ ਵਧੀਆ ਰਿਹਾ ਤਾਂ ਮੀਟਿੰਗ ਨੂੰ ਅੱਜ ਦੇ ਐਕਸ਼ਨ ਨੂੰ ਦੇਖਦੇ ਹੋਏ ਜਿਹੜੀ ਇੱਕ ਮੀਟਿੰਗ ਹੈ ਡੀਸੀ ਦਫ਼ਤਰ ਸੰਗਰੂਰ ਵੱਲੋਂ ਉਹ ਜਿਹੜੀ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਜੀ ਨਾਲ ਤੈਅ ਕਰਵਾਈ ਗਈ ਹੈ ਤਾਂ ਹੁਣ ਦੇਖਣਾ ਇਹ ਬੰਦਦਾ ਕਿ 6 ਤਰੀਕ ਨੂੰ ਜਿਹੜੀ ਮੀਟਿੰਗ ਹੋਣ ਜਾ ਰਹੀ ਹੈ ਉਹਦੇ ਵਿੱਚ ਪੋਸਟਾਂ ਦੇ ਵਾਅਦੇ ਅਤੇ 252 ਜਿਹੜੇ ਸਾਥੀ ਬਾਹਰ ਹੋਏ ਨੇ ਉਹਨਾਂ ਦੇ ਸਬੰਧ ਵਿੱਚ ਕੀ ਗੱਲਬਾਤ ਹੁੰਦੀ ਹੈ ਕੀ ਰਿਸਪੌਂਸ ਸਿੱਖਿਆ ਮੰਤਰੀ ਦਾ ਰਹਿੰਦਾ ਹੈ ਇਹਦੇ ਸਬੰਧ ਦੇ ਵਿੱਚ ਆਪਾਂ ਤੁਹਾਨੂੰ ਡਿਟੇਲ ਚ ਜਦੋਂ ਵੀ ਇਹਦੀ ਮੀਟਿੰਗ ਹੁੰਦੀ ਹੈ ਪ੍ਰੋਪਰ ਜਾਣਕਾਰੀ ਦੇ ਦਾਂਗੇ ਤੁਸੀਂ ਚੈਨਲ ਤੇ ਬਣੇ ਰਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਇਹ ਮੀਟਿੰਗਾਂ ਜਿਹੜੀ 6 ਜੂਨ ਨੂੰ ਹੋਣ ਜਾ ਰਹੀ ਹੈ ਇਹ ਹੋ ਸਕਦਾ ਮੀਟਿੰਗ ਪੋਸਟਪੋਨ ਵੀ ਹੋ ਜੇ ਕਿਉਂਕਿ ਕਈ ਕਾਰਨ ਵੀ ਹੁੰਦੇ ਨੇ ਪਰ ਮੀਟਿੰਗ ਦਾ ਲਗਭਗ ਇਹ ਲੱਗਦਾ ਕਿ ਮੀਟਿੰਗ ਕਨਫਰਮ ਹੈ ਵੀ ਹੋਊਗੀ ਕਿਉਂਕਿ ਵੱਖ-ਵੱਖ ਯੂਨੀਅਨ ਨੂੰ ਇਹ ਮੀਟਿੰਗਾਂ ਜਿਹੜੀਆਂ ਮਿਲੀਆਂ ਹੋਈਆਂ ਨੇ ਤਾਂ ਇਹ ਅੱਜ ਦੀ ਡਿਟੇਲ ਸੀਗੀ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਅਪਡੇਟਸ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਥੈਂਕ ਯੂ ਸੋ ਮਚ